ਅਸਲਾਮ ਵਾਲੇਕੁਮ। ਹਾਂਜੀ ਦੋਸਤੋ, ਕੀ ਹਾਲ ਚਾਲ ਹੈ? ਖਰੀਅਤ ਹੈ, ਠੀਕ ਹੋ? ਉਮੀਦ ਕਰਨੇ ਕਿ ਸਭ ਭਾਈ ਖੈਰੀਅਤ ਨਾਲ ਦੱਸੋ, ਠੀਕ ਠਾਕ ਹੋ ਸੋ ਜੀ। ਅੱਜ ਓਲਡ ਮਾਜ਼ਰ ਹੋਏ ਹਾਂ ਚੌਧਰੀ ਅਫਜ਼ਲ ਸਾਹਿਬ ਕੋਲ, ਅਤੇ ਇਹਨਾਂ ਦੇ ਜਨਾਬ ਸ਼ੌਕ ਤਾਂ ਕਰਨੇ ਰਹੇ ਹਾਈ ਫਲਾਇਰ ਨਾਲ ਵੀ, ਉਸ ਤੋਂ ਬਾਅਦ ਹੁਣ ਕਾਫੀ ਟਾਈਮ ਤੋਂ ਟਿਪਲਸ ਕਬੂਤਰ ਨਾਲ ਸ਼ੌਕ ਕਰ ਰਹੇ, ਅਤੇ ਇਹਨਾਂ ਦੇ ਅੱਜ ਨਾਲ ਕਾਫੀ ਗੱਪ ਸ਼ੱਪ ਸੀ, ਔਰ ਉਸ ਤੋਂ ਬਾਅਦ ਕਬੂਤਰਾਂ ਨੇ ਹਾਈ ਫਲਾਇਰ ਨੇ ਵਾਲੇ ਨਾਲ ਨਹੀਂ, ਹਾਲੇ ਅੱਜ ਇਤਨਾ ਜਿਹੜਾ ਪ੍ਰੋਗਰਾਮ ਹੋ ਸੀ ਉਹ ਸਿਰਫ ਟਿਪਲਾਂ ਨੇ ਵਾਲੇ ਨਾਲ ਸੀ, ਔਰ ਉਸ ਤੋਂ ਬਾਅਦ ਇਹਨਾਂ ਨਾਲ ਬਹੁਤ ਅਹਿਮ ਕਿਰਦਾਰ ਹੈ ਯੂਕੇ ਦੀ ਕਬੂਤਰਬਾਜ਼ੀ ਵਿੱਚ ਵੀ। ਹਰ ਸਾਲ ਇੱਕ ਟੂਰਨਾਮੈਂਟ ਕਰਾਉਣੇ ਲੋਕਲ ਵੀ, ਔਰ ਉਸ ਤੋਂ ਬਾਅਦ ਆਲ ਯੂਕੇ ਟੂਰਨਾਮੈਂਟ ਵੀ ਕਰਾਉਣੇ, ਖੁਦ ਵੀ ਆਲ ਯੂਕੇ ਚੈਂਪੀਅਨ ਵੀ ਰਹੇ, ਰਿਕਾਰਡ ਹੋਲਡਰ। ਮਜ਼ੀਦ ਜਿਹੜੀ ਗੱਪ ਸ਼ੱਪ ਹੈ ਉਹ ਇਨਸ਼ਾਅੱਲਾ ਚੋਈ ਸਾਹਿਬ ਨਾਲ ਕਰਨੇ ਹਾਂ, ਅਤੇ ਇਹਨਾਂ ਨਾਲ ਅੱਗੇ ਵਧਣੇ ਹਾਂ, ਅਤੇ ਬਾਕੀ ਜੋ ਵੀ ਮਾਮਲਾਤ ਹਨ ਉਹ ਇਹਨਾਂ ਨਾਲ ਗੱਪ ਸ਼ੱਪ ਕਰਨੀ ਹੈ ਜੀ। ਬਹੁਤ ਸ਼ੁਕਰੀਆ ਜੀ ਜੀ। ਤਾਂ ਚੱਲਦੇ ਹਾਂ ਜਨਾਬ ਚੌਧਰੀ ਸਾਹਿਬ ਵਾਲੇ ਪਾਸੇ। ਅਸਾਂ ਨਾਲ ਖਲੀਫਾ ਚੌਧਰੀ ਜ਼ਹੀਰ ਸਾਹਿਬ ਵੀ ਸ਼ਾਮਿਲ ਹਨ, ਇਹ ਵੀ ਮਾਸ਼ਾਅੱਲਾ ਹਾਈ ਫਲਾਇਰ ਔਰ ਟਿਪਲਰ ਦਾ ਵੀ ਸ਼ੌਕ ਕਰ ਰਹੇ ਹਨ ਮਾਸ਼ਾਅੱਲਾ ਬ੍ਰੈਡਫੋਰਡ ਤੋਂ। ਤਾਂ ਅਲਹਮਦੁਲਿਲਾ ਇਸ ਸਾਲ ਇਹਨਾਂ ਵੀ ਟੂਰਨਾਮੈਂਟ ਆਰਗਨਾਈਜ਼ ਕੀਤੇ ਆ ਹਾਈ ਫਲਾਇਰ ਨਾਲ। ਤਾਂ ਚੌਧਰੀ ਸਾਹਿਬ ਕਿਹੜੀ ਤਾਰੀਖ ਤੱਕ? ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਕੀ ਹਾਲ ਚਾਲ? ਖੈਰੀਅਤ ਹੈ? ਸਲਾਮ ਜੀ। ਵਾਲੇਕਮ ਸਲਾਮ ਚੌਧਰੀ ਅਫਸਰ ਸਾਹਿਬ, ਖੈਰੀਅਤ ਹੈ ਸਰ? ਠੀਕ ਹੋ? ਵਾਲੇਕਮ ਸਲਾਮ। ਤਬੀਅਤ ਅੱਛੀ ਹੈ? ਠੀਕ ਠਾਕ ਹੋ ਗਿਆ, ਖੈਰੀਅਤ ਹੈ ਸਾਰੇ ਸੁਣਨ ਵਾਲੇ ਮਾੜੇ ਪ੍ਰਾਣਾ ਨੂੰ। ਅਸਲਾਮ ਵਾਲੇਕਮ। ਵਾਲੇਕਮ ਸਲਾਮ ਜੀ, ਬਹੁਤ ਮਿਹਰਬਾਨੀ। ਤੇ ਚੌਧਰੀ ਸਾਹਿਬ ਨਾ ਪਹਿਲਾਂ ਚੱਲਦੇ ਹਾਂ। ਚੌਧਰੀ ਸਾਹਿਬ ਤੁਸਾਂ, ਚਲੋ ਤਾਰਫ ਨਾਲ ਸਿਲਸਿਲਾ ਸ਼ੁਰੂ ਹੈ, ਤੁਸਾਂ ਜਨਾਬ ਕਦੋਂ ਟੂਰਨਾਮੈਂਟ? ਅਸਾਂ 30 ਜੂਨ ਕੀ ਹੈ, 30 ਜੂਨ ਕੀ, 30 ਜੂਨ। ਕਿਹੜਾ ਕਿਹੜਾ ਏਰੀਆ ਕਵਰ ਕਰ ਰਹੇ ਹੋ? ਅਸਾਂ ਨੈਲਸਨ, ਡਿਊਜ਼ਬਰੀ, ਹਾਲੀਫੈਕਸ, ਲੀਡ, ਬ੍ਰੈਡਫੋਰਡ। ਬ੍ਰੈਡਫੋਰਡ, ਠੀਕ ਹੋ ਜੀ। ਗੁੱਡ ਲੱਕ ਆਖਣੇ ਜਨਾਬ। ਤਾਂ ਬੜਾ ਅੱਛਾ ਜਨਾਬ ਸਿਲਸਿਲਾ ਤੁਸੀਂ ਵੀ ਸ਼ੁਰੂ ਕੀਤਾ ਟੂਰਨਾਮੈਂਟ ਸ਼ੋਅ ਕੀ ਵਧਾਉਣੇ ਵਾਸਤੇ, ਤੇ ਇਸੇ ਤਰ੍ਹਾਂ ਜਨਾਬ ਚੌਧਰੀ ਸਾਹਿਬ ਜੀ। ਅਸਲਾਮ ਵਾਲੇਕਮ ਚੌਧਰੀ ਸਾਹਿਬ, ਖੈਰੀਅਤ? ਅੱਛਾ ਚੌਧਰੀ ਸਾਹਿਬ, ਤੁਸਾਂ ਵੀ ਇਸ ਸਾਲ ਵੀ ਟੂਰਨਾਮੈਂਟ ਟੁਰ ਰਹੇ ਜੀ? ਇਨਸ਼ਾਅੱਲਾ 23rd ਕੀ? 23rd, ਠੀਕ ਹੈ। ਟਿਪਲਰਸ ਨਾ, ਠੀਕ, ਆਲ ਯੂਕੇ ਹੈ ਜੀ? ਆਲ ਯੂਕੇ। ਤਾਂ ਅਲਹਮਦੁਲਿਲਾ, ਛੱਤਾਂ ਇੰਟਰ ਹੋਣੀਆਂ ਸ਼ੁਰੂ ਹੋ ਗਈਆਂ ਨੇ ਹਾਲੇ? ਸ਼ੁਰੂ ਨੇ, ਸ਼ੁਰੂ 17 ਛੱਤਾਂ ਹੋ ਗਈਆਂ ਨੇ ਇੰਟਰ ਸਾਡੇ ਕੋਲ, ਠੀਕ ਹੈ ਜੀ ਜੀ। ਆਲਮੋਸਟ ਕਿਤਨੀਆਂ ਇੱਕ ਛੱਤਾਂ ਹੋ ਜਾਣੀਆਂ ਨੇ? ਤਕਰੀਬਨ 35 ਹੋ ਜਾਣੀਆਂ ਨੇ, 35 ਛੱਤਾਂ ਹੋ ਜਾਣੀਆਂ ਥੋੜਾ ਜਿਹਾ। ਅੱਛਾ, ਇਸਨੇ ਜ਼ਿਆਦਾ ਬੰਦੇ ਆਪਣੇ ਕਬੂਤਰ ਸ਼ੋਅ ਕਰਨ ਵਾਲੇ ਨੇ ਜਾਂ ਨਹੀਂ? ਸਾਡੀ ਜਿਹੜਾ ਯੂਕੇ ਉੜਦੇ ਨੇ ਸਾਰੇ ਆਪਣੇ ਪਾਕਿਸਤਾਨੀ ਨੇ, ਪਾਕਿਸਤਾਨੀ ਨੇ ਜੀ। ਗੋਰੇ ਗੋਰੇ ਸਾਡੇ ਨਾਲ ਨਹੀਂ ਉੜਦੇ, ਗੋਰੇ ਨਹੀਂ ਉੜਦੇ ਸਾਡੇ ਨਾਲ, ਠੀਕ ਹੈ। ਉਹਨਾਂ ਦਾ ਇੱਕ ਆਪਣਾ ਸਿਸਟਮ ਹੈ, ਉਹ 8 ਫਲੀਆਂ ਉਡਾਉਂਦੇ ਨੇ, ਠੀਕ ਹੈ, ਜਿਹਦੇ ਉਹਦੇ ਵਿੱਚ ਪਾਕਿਸਤਾਨੀ ਸੀ ਉਡਾਉਂਦੇ ਆ, ਠੀਕ ਹੈ। ਲੇਕਿਨ ਉਹਨਾਂ ਦਾ ਇਹ ਇੱਕ ਮੇਨ ਚੀਜ਼ ਹੈ ਕਿ ਉਹਨਾਂ ਦਾ ਰੈਫਰੀ ਜਿਹੜਾ ਨਾ ਆਪਣਾ ਹੀ ਆਉਣਾ ਹੈ, ਅੱਛਾ, ਛੱਤ ਮਾਲਕ ਦਾ, ਠੀਕ ਹੈ। ਉਹਨਾਂ ਸਿਰਫ ਇੱਕ ਰੀਜ਼ਨ ਹੁੰਦਾ ਕਿ ਬੰਦਾ ਉਸ ਐਡਰੈਸ ਦੇ ਵਿੱਚ ਨਾ ਰਹਿਣਾ ਹੋਵੇ, ਭਾਵੇਂ ਤੁਹਾਡਾ ਨੇਬਰ ਹੋਵੇ, ਭਾਵੇਂ ਤੁਹਾਡਾ ਦੋਸਤ ਹੋਵੇ, ਜੋ ਮਰਜ਼ੀ ਹੋਵੇ, ਅੱਛਾ, ਮੁਨਸਿਫ ਹੋਸੀ, ਉਹਨੇ ਰੈਫਰੀ ਬਿਠਾਇਆ ਆਉਣਾ। ਉਸਨੇ ਚੋ ਤੁਸਾਂ ਨਾ ਫਿਰ ਉਹ ਬਿਮਾਰੀ ਨੇ ਜ਼ਿਆਦਾ ਚਾਂਸ ਨਹੀਂ ਹੋ ਜਾਂਦਾ ਹਰ ਮਰਜ਼ੀ ਕਰਦਾ, ਲੇਕਿਨ ਉਹਨਾਂ ਦਾ ਸੂਲ ਇੱਕ ਠੀਕ ਹੈ, ਜਦੋਂ ਬਿਮਾਰੀ ਫੜੀ ਜਾਏ ਰਿਟਰਨ ਦੇ ਵਿੱਚ, ਅੱਛਾ, ਰਿਟਰਨ ਹੋਣੀ ਚਾਹੀਦੀ ਹੈ ਕੰਪਲੀਟ, ਠੀਕ, ਫਾਰਐਵਰ ਇਸ ਤੋਂ ਬੈਨ ਕਰ ਦੇਣੇ, ਬੈਨ ਕਰ ਦੇਣੇ, ਉਹ ਬੈਨ ਕਰ ਦੇਣੇ। ਉਸਨੇ ਕੋਈ ਗੁੰਜਾਇਸ਼ ਨਹੀਂ ਫਿਰ ਬਚਣੀ? ਕੋਈ ਗੁੰਜਾਇਸ਼ ਨਹੀਂ, ਅਗਰ ਤੁਹਾਡੇ ਕੋਲ ਰਿਟਰਨ ਪਹੁੰਚ ਗਈ ਕੰਪਲੀਟ ਤੁਹਾਡੀ, ਅੱਛਾ, ਤੇ ਤੁਹਾਡੇ ਕੋਲ ਗੁੰਜਾਇਸ਼ ਨਹੀਂ ਹੁੰਦੀ, ਫਿਰ ਉਹਨਾਂ ਰੇਡ ਕਰਨੀ ਕਰਨੀ ਹੈ। ਚਲੋ ਅਗਰ ਇਹ ਅਸੂਲ ਸਖਤ ਹਨ, ਨਹੀਂ ਨਹੀਂ ਰੇਡ ਵੀ ਨਹੀਂ ਕਰਨੇ ਉਸ ਕੰਪਲੀਟ ਪਰ, ਅੱਛਾ, ਕੰਪਲੀਟ ਫਾਰ ਪ੍ਰੂਫ ਤੁਸਾਂ ਕੋਲ ਪੱਕੇ ਹੋਣੇ ਚਾਹੀਦੇ, ਪ੍ਰੂਫ ਤੁਸੀਂ ਦੇਣੇ ਪੈਣੇ ਨੇ, ਉਹ ਪ੍ਰੂਫ ਲੈਂਦੇ, ਠੀਕ ਹੈ। ਉਸ ਤੋਂ ਇਲਾਵਾ ਉਹਨਾਂ ਨੂੰ ਕੋਈ ਬਾਧਾ ਨਹੀਂ, ਕੋਈ ਕਿਸੇ ਦਾ ਡਰ ਹੈ ਕਿ ਫਿਰ ਜ਼ਹਿਰ ਹਰ ਬੰਦੇ ਡਰਨਾ, ਉਸੇ ਸਾਰੀ ਜ਼ਿੰਦਗੀ ਕਬੂਤਰ ਦੇ ਰੱਖ ਕੇ ਦਾਣੇ ਦੇਣਾ ਬਾਣੇ, ਬਿਲਕੁਲ ਹੀ ਇਹ ਗੱਲ ਹੈ, ਤੇ ਉਹ ਸ਼ੌਕ ਦੇ ਲਿਹਾਜ਼ ਨਾਲ ਫਿਰ ਇਸ ਵਸਤੀ, ਠੀਕ ਹੈ। ਹਜ਼ਾਰਾਂ ਬੰਦੇ ਆਸਾਂ ਦੇ ਵਿੱਚ ਥੋੜੀ ਜਿਹੀ ਨਰਮੀ ਹੈ ਨਾ, ਸਾਡੀ ਨਰਮੀ ਹੈ, ਅਸੀਂ ਤਲਕ ਹੁੰਦਾ ਪਹਿਲਾਂ ਕਿਤੇ ਜਾਈਦਾ, ਅੱਛਾ, ਤਲਕ ਵਸਤੀ ਨਾ, ਉਹ ਸ਼ੌਕ ਵਿੱਚ ਤਲਕ ਨਹੀਂ ਤੱਕਣੇ, ਉਹ ਨਹੀਂ ਤਲਕ ਤੱਕਦੇ ਬਿਲਕੁਲ ਹੀ, ਠੀਕ ਹੈ। ਕਾਫੀ ਬੰਦੇ ਉਹਨਾਂ ਨੇ ਆਪਣੇ ਵੀ ਬੈਂਡ ਕੀਤੇ ਨੇ, ਠੀਕ ਹੈ, ਪਾਕਿਸਤਾਨੀ ਵੀ ਕੀਤੇ, ਪਾਕਿਸਤਾਨੀ ਬੰਦੇ ਲੱਗੇ ਕਿਸੇ ਬੈਂਡ ਵੇ ਨੇ, ਠੀਕ ਹੈ। ਉਹਦੇ ਵਿੱਚ
ਲੇਕਿਨ ਉਹ ਦੁਬਾਰਾ ਕਲੱਬ ਵਿੱਚ ਉੱਡ ਨਹੀਂ ਸਕਦੇ, ਉਹ ਫਾਰਐਵਰ ਵਾਸਤੇ, ਫਾਰਐਵਰ ਨਹੀਂ ਉੱਡ ਸਕਦੇ, ਫਾਰਐਵਰ। ਠੀਕ ਹੈ, ਕੋਈ ਉਸਨੇ ਚ ਮਾਫੀ ਤਲਾਫੀ ਹੈ ਨਹੀਂ ਕੁਝ ਟਾਈਮ ਇਹ ਹੋਇਆ ਟਾਈਮ ਵਾਲਾ ਚੱਕਰ ਹੀ ਬਣੀ ਹੁੰਦਾ। ਠੀਕ ਹੈ, ਟਿਪਲਰਸ ਨਾਲ ਸ਼ੌਕ ਜੀ ਸਾਹਿਬ, ਪਹਿਲੀ ਚਲੋ ਆ ਜਿਹੜੇ ਅਸਾਂ ਟਿਪਲਰ ਕਬੂਤਰ ਕਿਹ ਚੀਜ਼ ਕਹਿ ਬੇਸਿਕਲੀ ਟਿਪਲਰ ਕਬੂਤਰ ਜਿੱਥੇ ਤੱਕ ਮੈਂ ਸੁਣਿਆ ਸੁਣਿਆ ਜਾਂ ਮੇਰੇ ਜ਼ਹਿਨ 'ਚ ਕਰਾਸ ਰੰਗ ਵਿੱਚ ਹੈਗਾ। ਠੀਕ ਹੈ, ਕੁਛ ਬੰਦੇ ਕਹਿੰਦੇ ਇੰਡੀਅਨ ਕਰਾਸ ਵਿੱਚ, ਕੁਛ ਕਹਿੰਦੇ ਟੰਬਲਰ ਕਰਾਸ ਹੈ, ਸਮਝ ਆਏਗੀ ਨਹੀਂ ਕਿਹੜੇ ਕਿਹੜੇ ਕਬੂਤਰਾਂ ਨਾਲ ਕਰਾਸ ਮੈਂ ਸੁਣ ਜ਼ਿਆਦਾ ਜਨਾਬ ਦੇ ਇੰਡੀਅਨ ਕਬੂਤਰ ਤਾਂ ਟੰਬਲਰ ਉਹਨਾਂ 'ਚ ਕਰਾਸ ਹੋ ਗਿਆ, ਹਾਈ ਫਲਾਇਰ ਦੇ ਟੰਬਲਰ, ਹਾਈ ਫਲਾਇਰ ਜਿਹੜੇ ਇੰਡੀਅਨ ਉਹਨਾਂ ਕੀ ਆਖਣੇ ਪਏ। ਠੀਕ ਹੈ, ਇਹ ਕਰਾਸਾਂ ਵਿੱਚ ਨੇ ਹੁਣ ਬੇਸਿਕਲੀ ਇਹਨਾਂ ਦਾ ਕੋਈ ਜ਼ਾਤ ਪਾਤ ਹੈ ਨਹੀਂ ਹੈ ਮੇਰੇ ਹਿਸਾਬ ਦੇ ਵਿੱਚ, ਰੇਸਰ ਵੀ ਆਏ ਨਾ। ਠੀਕ ਹੈ, ਅਗਰ ਤੁਸੀਂ ਜਨਾਬ ਇੱਕ ਕਿੱਟ ਦੇ ਵਿੱਚ ਕਬੂਤਰ ਉੱਡੇ, ਸਿੱਕਲ ਲਾਣਾ ਉੱਡੇ, ਕਿੱਟ ਦੇ ਤੁਸੀਂ ਉਡਾਓ, ਕਿੱਟ ਦੇ ਨਾਲ ਇਕੱਠੇ ਬਹੁਣ ਆ ਕੇ, ਠੀਕ ਹੈ, ਉਹਦੇ ਵਿੱਚ ਤੁਸੀਂ ਟਿਪਲਰ ਨੂੰ ਕਹਿੰਦੇ ਕਿ ਟਿਪਲਰ ਨੇ। ਠੀਕ ਹੈ, ਸਮਝ ਆਏਗੀ ਨਹੀਂ, ਜਿਸ ਤਰ੍ਹਾਂ ਜੁੜ ਕੇ ਉੱਡਣੇ ਕਬੂਤਰ ਹੈ ਜੀ, ਕਿੱਟ ਨਾਲ ਮਤਲਬ ਹੈ। ਚਲੋ ਮੈਂ ਅਸਾਂ ਥੋੜ੍ਹਾ ਜਿਹਾ ਜ਼ਬਾਨ ਕੀ ਥੋੜ੍ਹਾ ਜਿਹਾ ਤਬਦੀਲ ਕਰਨੇ, ਚਲੋ ਪਾਕਿਸਤਾਨ ਵਿੱਚ ਰਹਿਣ ਵਾਲੇ ਇੰਡੀਆ 'ਚ ਨਹੀਂ ਰਹਿਣ ਵਾਲੇ ਬੰਦੇ ਵੀ ਜਿਹੜਾ ਨਾ ਆਸਾਨੀ ਨਾਲ ਸਮਝਣਾ ਜੀ। ਜੀ ਜੀ, ਠੀਕ ਹੋ ਗਿਆ, ਇਹ ਜੁੜ ਕੇ ਇਕੱਠੇ ਉੱਡਣ, ਇਕੱਠੇ ਉੱਡਣ, ਇਕੱਠੇ ਉੱਡਣ। ਅੱਛਾ, ਇਕੱਠੇ ਉੱਡਣੇ ਜੀ, ਤੁਸੀਂ ਗੱਲ ਕੀਤੀ ਹੈ, ਇਸ ਨੇ ਪਰ ਇੱਕ ਸਵਾਲ ਹੈ ਕਿ ਇਹ ਕਬੂਤਰ ਪਾਰਟ ਆਫ ਟ੍ਰੇਨਿੰਗ ਹੈ ਇਕੱਠਾ ਉੱਡਣਾ, ਜਾਂ ਇਸ ਕਬੂਤਰ ਨੇ ਬਲੱਡ ਜੀਨਸ ਵਿੱਚ ਇਹ ਸ਼ਾਮਲ ਚੀਜ਼ ਹੈ ਕਿ ਜਿਹੜਾ ਜਿੰਨਾ ਕਿ ਡਰਨੇ ਹੋ ਤੁਸੀਂ ਆਟੋਮੈਟਿਕਲੀ ਇਕੱਠੇ ਹੋਣਾ ਸ਼ੁਰੂ ਹੋ ਜਾਣ ਇਕੱਠੇ ਉੱਡਣੇ? ਮੇਰੇ ਜ਼ਹਿਨ ਦੇ ਮੁਤਾਬਕ ਤਾਂ ਬਲੱਡ ਵਿੱਚ ਵੀ ਹੈ। ਠੀਕ ਹੈ, ਲੇਕਿਨ ਟ੍ਰੇਨਿੰਗ ਬਹੁਤ ਜ਼ਰੂਰੀ ਹੈ, ਟ੍ਰੇਨਿੰਗ ਜ਼ਰੂਰੀ ਹੈ, ਟ੍ਰੇਨਿੰਗ ਜ਼ਰੂਰੀ ਹੈ, ਜਿਸ ਤਰ੍ਹਾਂ ਟ੍ਰੇਨ ਕਰੋਗੇ ਕਬੂਤਰ ਉਸ ਹਿਸਾਬ। ਅਗਰ ਤੁਸੀਂ ਇੱਕ ਮੁਖਤਲਿਫ ਕੇਜਾਂ 'ਚ ਕਬੂਤਰ ਰੱਖੇ ਨੇ, ਉੱਥੋਂ ਹੀ ਕੱਢ ਕੇ ਛੋੜ ਦੇਣੇ ਹੋ, ਅਗਰ ਤੁਸੀਂ ਪਹਿਲੀ ਦਫ਼ਾ ਕੱਢ ਸੋ ਵੱਖ ਵੱਖ ਉੱਡਣਗੇ ਇਕੱਠੇ। ਚਲੋ ਠੀਕ ਹੈ, ਆਸਾਨ ਬਲਕਿ ਟਾਈਮ ਲੱਗੇਗਾ ਥੋੜ੍ਹਾ ਜਿਹਾ। ਠੀਕ ਹੈ, ਉਸ ਟਾਈਮਿੰਗ ਨਾਲ ਇਹ ਮੁੜ ਕੇ ਦੁਬਾਰਾ ਕਿੱਟ ਬਣਨਗੀ, ਜਦੋਂ ਕਿੱਟ ਬਣ ਜਾਏ ਫਿਰ ਇਹਨਾਂ ਇਕੱਠਿਆਂ ਉੱਡਣਾ। ਠੀਕ ਹੈ, ਚਾਹੇ ਲੋੜ ਦੇਰ ਪੇ ਚਾਹੇ ਉੱਡਦੇ, ਇਹਨਾਂ ਦੀ ਕੋਈ ਥੋੜ੍ਹੀ ਜਿਹੀ ਟ੍ਰੇਨਿੰਗ ਨਾ ਦੱਸ ਦਿਓ, ਟ੍ਰੇਨਿੰਗ ਇਹਨਾਂ ਦੀ ਕਿਸ ਤਰ੍ਹਾਂ ਹੋਣੀ ਹੈ? ਇਹ ਬੇਸਿਕ ਗੱਲਾਂ ਸਾਰੀ ਪਤਾ ਹੋ ਸਕਦੀ, ਕੋਈ ਹਿਡਨ ਚੀਜ਼ਾਂ ਨਾ ਉਹ ਮੈਂ ਨਾ ਪੁੱਛਣਗਾ, ਲੇਕਿਨ ਚਲੋ ਥੋੜ੍ਹਾ ਬੇਸਿਕ ਦੱਸ ਦਿਓ ਤਾਂ ਕਿ ਲੋਕਾਂ ਕੀ ਥੋੜ੍ਹੀ ਅਗਾਹੀ ਹੋ ਜਾਏ। ਬੇਸਿਕ ਅਸੀਂ ਕਬੂਤਰ ਜਿਹੜੇ ਵੱਖ ਵੱਖ ਕਬੂਤਰ ਕੱਢ ਰੱਖਦੇ ਹਾਂ, ਇਹਨਾਂ ਨੂੰ ਸਿਰਫ ਖਾਣਾ ਪਾਉਣਾ, ਉਹਦੇ ਡਰੱਪ ਰੱਖੇ ਦੇ ਵਿੱਚ ਵਾਈਟ ਕਬੂਤਰ, ਉਹਨੇ ਦਾਣਾ ਅਸੀਂ ਇਹਨਾਂ ਨੂੰ ਦਾਣਾ ਪਾਇਆ, ਠੀਕ ਹੈ, ਇਹਨਾਂ ਨੂੰ ਬਾਹਰ ਕੱਢੇ ਜਾਏ, ਇਹ ਆਰਾਮ ਨਾਲ ਆਸਤੇ ਆਸਤੇ ਇਹਨੂੰ ਟਾਈਮ ਲਾਉਂਦੇ, ਮੋਸਟਲੀ ਸ਼ਾਮ ਕੱਢਦੇ ਹਾਂ ਬਾਹਰ, ਮੇਰੇ ਹੀ ਕੱਢੋ, ਆਸਤੇ ਆਸਤੇ ਟਾਈਮ ਪਿੱਛੇ ਆਉਂਦੇ ਰਹੋ। ਅੱਛਾ, ਕਿੱਟ ਤੁਹਾਡੀ ਮੁਕੰਮਲ ਹੋ ਗਈ ਹੈ, ਫਿਰ ਤੁਸੀਂ ਬਿਠਾਉਣੇ ਨੇ, ਉਸੇ ਤੁਹਾਨੂੰ ਡਰਾਪਰ ਕਰਨੇ ਪੈਣੇ, ਅਗਰ ਤੁਸੀਂ ਸਹੀ ਪ੍ਰੋਪਰ ਨਹੀਂ, ਇਹਨੇ ਇਕੱਠਾ ਉਡਾਉਣੇ ਵਾਸਤੇ ਉਹ ਤਰੀਕਾ ਕਿਹੜਾ ਇਸਤੇਮਾਲ ਕਰਨਾ? ਇਕੱਠਾ ਉਡਾਉਣੇ, ਇਹਨਾਂ ਉਡਾਉਣੇ ਪੈਣਾ, ਸਿਰਫ ਫੜਕਾਂ ਜਾਣੀਆਂ ਪੈਣੀਆਂ। ਅੱਛਾ, ਆਟੋਮੈਟਿਕਲੀ ਫਿਰ ਉਹ ਇਕੱਠੇ ਹੋ ਜਾਣਗੇ, ਆਟੋਮੈਟਿਕ ਕੇਜ ਨੇ ਅੰਦਰ, ਇਹਨਾਂ ਕੀ ਬਕਾਇਦਾ ਕੋਈ ਟ੍ਰੇਨਿੰਗ ਨਹੀਂ ਹੈ ਵੀ ਇਹਨਾਂ ਕੀ ਇੱਕ ਦੋਵੇਂ ਨਾਲ ਸੈਪਰੇਟ ਡੱਕੀ ਹੋਣੀ? ਅੱਛਾ, ਕੇਜ ਨੇ ਅੰਦਰ ਤੁਸੀਂ ਅਲੱਗ ਅਲੱਗ ਇਹਨਾਂ ਕੀ ਰੱਖਿਆ, ਇੱਕ ਕਬੂਤਰ ਦੂਸਰੇ ਕਬੂਤਰ ਕੀ ਤੱਕ ਨਹੀਂ ਸਕਣਾ? ਨਾ, ਔਰ ਪ੍ਰੋਪਰ ਡਾਇਟ ਹੋਣੀ ਚਾਹੀਦੀ ਹੈ ਇਹਨਾਂ ਦੀ, ਔਰ ਡਾਇਟ ਦੇ ਨਾਲ ਉਡਸਨ ਦਾ ਡਾਇਟ ਕੀ ਹੈ ਇਹਨਾਂ ਦੀ? ਇਹ ਜਨਾਬ ਮਾੜੇ 15 ਮਿਲੀਗ੍ਰਾਮ ਦਾਣਾ ਹੈ ਸਰ। ਅੱਛਾ, ਉਸ ਤੋਂ ਜ਼ਿਆਦਾ ਨਾ ਖਿਲਾਓ, ਉਸ ਤੋਂ ਜ਼ਿਆਦਾ ਨਾ ਖਿਲਾਓ, ਜਿਤਨੀ ਡਾਇਟ ਦਿਓਗੇ ਇਤਨਾ ਕਬੂਤਰ ਫਿਟ ਹੋਵੇਗਾ, ਇਹ ਜਿਤਨੀ ਘੱਟ ਦਿਓਗੇ, ਜਿਤਨੀ ਘੱਟ ਦਿਓਗੇ ਇਤਨੀ ਤੁਹਾਨੂੰ ਪਰਫਾਰਮੈਂਸ ਜ਼ਿਆਦਾ ਦੇਗਾ ਕਬੂਤਰ। ਅੱਛਾ, ਆਰ ਕਬੂਤਰ ਕੀ ਇਸ ਤਰ੍ਹਾਂ ਨਾਪ ਤੋਲ ਕੇ ਦਾਣਾ ਹੋਣਾ ਇਸ ਨਾਲ? ਜੀ ਹਾਂ, ਬੇਸਿਕ ਨਾਪ ਤੋਲ ਕਰਨਾ। ਠੀਕ ਹੈ, ਹੋਰ ਉਸ ਨਿੱਚ ਕੇ ਭਜੀਦੀਆਂ, ਕਿਉਂਕਿ ਮੈਂ ਇਸ ਨੇ ਬਾਰੇ ਜ਼ਿਆਦਾ ਮਾਲੂਮਾਤ ਨਹੀਂ ਹੈ ਕਿ ਮੈਂ ਤੁਹਾਨੂੰ ਕੋਲ ਮਜ਼ੀਦ ਸਵਾਲ ਕਰਾਂ, ਹੋਰ ਮਜ਼ੀਦ ਇਸ ਨਿੱਚ ਕੇ ਪਾਣੀ ਨਾਲ ਕਿਆ ਹਿਸਾਬ ਕਿਤਾਬ ਹੋਣਾ? ਪਾਣੀ ਮੈਂ ਤਾਂ ਅਸੀਂ ਤਾਂ ਜਾਂਦੇ ਖਾਣਾ ਦਿੱਤਾ, ਪਾਣੀ ਦੇ ਦਿੱਤਾ। ਅੱਛਾ, ਪਾਣੀ ਹਾਂ ਪੀ ਕੇ ਖੇਤ ਦੇ ਦੱਬ ਦਿਓ ਵਾਪਸ। ਠੀਕ ਹੈ, ਇਹ ਕਿ ਮਿੱਟੀ ਸ਼ਿੱਟੀ ਜ਼ਰੂਰੀ ਹੈ ਬਸ। ਅੱਛਾ, ਪਾਣੀ ਜਿਸੀ ਗ੍ਰਿਟ ਵਗੈਰਾ ਆਖਣੇ ਆ, ਜਿਸੀ ਗ੍ਰਿਟ ਆਖਣੇ ਆ, ਗ੍ਰਿਟ ਗ੍ਰਿਟ ਇਹਨਾਂ ਵਾਸਤੇ ਬਹੁਤ ਜ਼ਰੂਰੀ ਹੈ, ਗ੍ਰਿਟ ਜਿਹੜੀ ਨਾ ਉਹ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਜਦ ਤੁਹਾਨੂੰ ਦਾਣਾ ਦੱਸਣੇ ਬਿਲਕੁਲ ਗ੍ਰਾਮਾਂ ਵਿੱਚ, ਉਹ ਇਸ ਨੇ ਵਜ੍ਹਾ ਤੋਂ ਕਬੂਤਰ ਕਮਜ਼ੋਰੀ 'ਚ ਨਹੀਂ ਆਪਣੇ ਕਬੂਤਰ? ਨਹੀਂ, ਨਾਲ ਵਿਟਾਮਿਨ ਇਸਤੇਮਾਲ ਕਰਨੇ ਪੈਂਦੇ, ਵਿਟਾਮਿਨ ਇਸਤੇਮਾਲ ਕਰਨੇ ਪੈਂਦੇ,
ਯਾਨੀ ਕਿ ਇੱਕ ਹਿਸਾਬ ਇਹੋ ਜਿਹਾ ਜਿਹੜਾ ਇੱਕ ਪਹਿਲਵਾਨ ਨਹੀਂ ਹੁੰਦਾ ਉਹ ਟ੍ਰੇਨਿੰਗ ਕਰਦਾ ਆਪਣੀ ਖੁਰਾਕ ਦਾ ਉਹਨੇ ਖਿਆਲ ਰੱਖਣਾ ਠੀਕ ਹੈ ਯਾਨੀ ਕਿ 10 ਰੋਟੀਆਂ ਖਾ ਕੇ ਸੋ ਜਾ ਸੀ ਜਵਾਨ ਅਤੇ ਬਲੈਕ ਸੀ ਪਹਿਲਵਾਨੀ ਕਰਸਾ ਨਹੀਂ ਹੁੰਦੀ ਨਿਪਲ ਅੱਛਾ ਸੋਰੀ ਕਬੂਤਰ ਖਰਾਬ ਹੋਣੇ ਕੀ ਖਰਾਬੀ ਆਉਣੀ ਹੈ ਕਬੂਤਰ ਨਹੀਂ ਉੱਡਦਾ ਉੱਡਣਾ ਛੋੜ ਦੇਣਾ ਪਰਾਂ ਚ ਜਿਸਮ ਵਿੱਚ ਖਰਾਬੀ ਆਉਣੀ ਖਰਾਬੀ ਆ ਜਾਂਦੀ ਆਈਸੀ ਪੈ ਗਏ ਚੁੰਗ ਜਾ ਸੀ ਅੱਛਾ ਠਾ ਹੋ ਜਾਏਗਾ ਸਮਝ ਆਈ ਕਿ ਨਹੀਂ ਠੀਕ ਹੈ ਇਹ ਤਰੀਕਾ ਕਾਰਨ ਇਹਦੇ ਜ਼ਿਆਦਾ ਵਿਟਾਮਿਨ ਨਹੀਂ ਪਤਾ ਹੋਣਾ ਜੇ ਤੁਹਾਨੂੰ ਲੱਗ ਇਸੇ ਮਕਦਾਰ ਹੀ ਨਹੀਂ ਚਾਹੀਦੀ ਇੱਕ ਕਿੱਟ ਵਿੱਚ ਨੋਰਮਲੀ ਕਿੰਨੇ ਕਬੂਤਰ ਤੁਸੀਂ ਡਾਣੇ ਹੋ ਪਹਿਲੇ ਪੰਜ ਦਾਣੇ ਹੋਣੇ ਸੀ ਠੀਕ ਹੈ 2021 ਦੇ ਵਿੱਚ ਅਸੀਂ 5 ਦਾਣੇ ਨੇ ਇਸ ਤੋਂ ਪਹਿਲਾਂ ਸਭ 5 ਦਾਣੇ ਸਨ ਉਸ ਤੋਂ ਬਾਅਦ 2022 ਦੇ ਅਸੀਂ 3 ਕਬੂਤਰ ਡਾਣੇ ਸ਼ੁਰੂ ਕੀਤੇ ਨੇ ਠੀਕ ਹੈ ਹੁਣ ਅਸੀਂ 3 ਹੀ ਡਾਣੇ ਹਾਂ ਸਟਾਰਟਿੰਗ ਵਿੱਚ ਮੌਜੂ ਐਸਾ ਬਣ ਗਿਆ ਕਿ ਅਸਾਂ ਡਾਇਰੈਕਟ ਦੂਸਰੇ ਸਵਾਲਾਂ ਪਰ ਚਲੇ ਗਏ ਤੁਸਾਂ ਨੇ ਜਿਹੜਾ ਤਾਰਫ ਸੀ ਉਹ ਵਿੱਚ ਅੱਧਾ ਵਿੱਚ ਰਹਿ ਗਿਆ ਠੀਕ ਹੈ ਕਿਤਨੇ ਟਾਈਮ ਤੋਂ ਤੁਸਾਂ ਇਹ ਸ਼ੌਕ ਕਰ ਰਹੇ ਹੋ ਟਿਪਲਰਸ ਨਾਲ ਇਹ ਤਕਰੀਬਨ ਸ਼ੌਕ ਕਰ ਰਹੇ ਮੈਂ 2016 ਤੋਂ 2016 ਤੋਂ 16 ਦੇ ਲੈ ਕੇ 2016 ਤੋਂ ਲੈ ਕੇ ਹਾਲੇ ਤੱਕ ਤੁਹਾਡੀ ਕੀ ਕਾਮਯਾਬੀਆਂ ਨੇ ਨਾਲ ਅਲਹਮਦੁਲਿਲਾ ਹਰ ਟੂਰਨਾਮੈਂਟ ਜਦੋਂ ਹਰ ਸਾਲ ਟੂਰਨਾਮੈਂਟ ਕੋਈ ਨਾ ਕੋਈ ਟਰਾਫੀਆਂ ਲਈਆਂ ਸੀ ਅੱਛਾ ਅੱਛੇ ਅੱਛੇ ਨੰਬਰਾਂ 'ਚ ਰਹੇ ਹਾਂ ਠੀਕ ਹੈ 2021 ਦੇ ਵਿੱਚ ਅਲਹਮਦੁਲਿਲਾ ਕਿ ਅਸੀਂ ਚੈਂਪੀਅਨ ਬਣੇ ਹਾਂ ਆਲ UK ਦੇ 4 ਟੂਰਨਾਮੈਂਟ ਆਏ 4 ਦੇ ਵਿੱਚ ਕਬੂਤਰ ਅਸੀਂ ਆਪ ਬਿਠਾਏ ਲਾਸਟ ਤੇ ਅੱਛਾ ਆਪ ਬਿਠਾਏ ਕਬੂਤਰਾਂ ਲਈ ਉੱਡਦੇ ਸੋਹਣੇ ਅੱਛਾ ਯਾਨੀ ਕਿ 18 ਘੰਟੇ 39 ਮਿੰਟ 18 ਘੰਟੇ 39 ਮਿੰਟ ਇਹ ਇੱਕ ਕਬੂਤਰ ਦਾ ਟਾਈਮ ਸ਼ੋ ਹੋਣਾ ਅਕਾਊਂਟ ਹੋਣਾ ਮੈਂ ਉਸ ਦਾ 5 ਦਾ ਹੁੰਦਾ ਸੀ 2021 ਦੇ ਵਿੱਚ ਅਸੀਂ 5 ਡਾਂਦੇ ਸਾਂ ਅੱਛਾ ਪੰਜਾਂ ਦਾ ਟਾਈਮ ਪੰਜਾਂ ਦਾ 88 ਰੰਗ ਕਿਹੜੇ ਹੋਣੇ ਪਾਕਿਸਤਾਨੀ ਕਬੂਤਰਾਂ ਨੂੰ ਕੋਈ ਸਿਮਿਲਰ ਹੋਣੇ ਰੰਗ ਵਾਈਟ ਵੀ ਹੈ ਪ੍ਰਿੰਟ ਪ੍ਰਿੰਟ ਬਿਲਕੁਲ ਜੋਨ ਸਿਰੇ ਦੇ ਬਿਲਕੁਲ ਬਿਲਕੁਲ ਪਾਕਿਸਤਾਨੀ ਅੱਛਾ ਜੋਨ ਸਿਰੇ ਵੀ ਹੈ ਇਸ ਤਰ੍ਹਾਂ ਦੱਸੋ ਨਾ ਜੋਨ ਸਿਰੇ ਕਲ ਕੋ ਰੇਸ਼ਾ ਸਿਰੇ ਅੱਛਾ ਅੱਛਾ ਇਹਨਾਂ ਚੋਂ ਸਾਰੇ ਰੰਗ ਮੌਜੂਦ ਹਨ ਸਭ ਰੰਗ ਮੌਜੂਦ ਨੇ ਨਾ ਅਰੇ ਤਾਂ ਹੈ ਹੀ ਨਾ ਅਰੇ ਅਰੇ ਤਾਂ ਸਿਲਵਰ ਠੀਕ ਹੈ ਆ ਪਿੱਛੇ ਮੇਰੇ ਖਿਲਾਉਣੇ ਨੇ ਜਾਂ ਲਾਸਟ ਮੈਂ ਦੇ ਛੋੜੇ ਕਬੂਤਰ ਕੱਢ ਜਦੇ ਨੇ ਪਤਾ ਹੀ ਨਹੀਂ ਲੱਗਦਾ ਪਾਕਿਸਤਾਨੀ ਨੇ ਅੱਛਾ ਉੱਚੇ ਉੱਡਦੇ ਸਨ ਹਾਈ ਫਲਾਈ ਸਨ ਉਹ ਵੀ ਉੱਡਣੇ ਵੀ ਉੱਚੇ ਸਨ ਉੱਚੇ ਉੱਡਦੇ ਸਨ ਲੇਕਿਨ ਅਗਰ ਅਸੀਂ ਉਹਨਾਂ ਕੰਪਟੀਸ਼ਨ ਨਹੀਂ ਲੜਨਾ ਹੈ ਉਹਨਾਂ ਨੇ ਅਸੀਂ ਟ੍ਰੇਨਿੰਗ ਕਿਤਰੀ ਦੇਣੀ ਕਿ ਲੋ ਕਰ ਲੈਂਦੇ ਹੋ ਠੀਕ ਹੈ ਜਿਤਨੀਆਂ ਤੁਸੀਂ ਜ਼ਿਆਦਾ ਫੜਕਾਂ ਦਿਓਗੇ ਲੋ ਜਾਣਗੇ ਉਹ ਅੱਛਾ ਇਹਦੀ ਟ੍ਰੇਨਿੰਗ ਦੇ ਸਭ ਕੁਝ ਟਿਪਲਰ ਦੀ ਟ੍ਰੇਨਿੰਗ ਹੈ ਠੀਕ ਹੈ ਇਹ ਤੁਸੀਂ ਹਾਈ ਫਲਾਈ ਵੀ ਉਡਾ ਸਕਦੇ ਹੋ ਇਹ ਡੁੱਬ ਕੇ ਵੀ ਉੱਡ ਸਕਦੇ ਸੱਲੱਲਾ ਇਹ ਕਿਤਨਾ ਇੱਕ ਟੈਂਪਰੇਚਰ ਬਰਦਾਸ਼ਤ ਕਰ ਲੈਣੇ ਨੇ ਕਿ ਉਹ ਤਾਂ ਸੁਣਿਆ ਟੈਂਪਰੇਚਰ ਨਹੀਂ ਜ਼ਿਆਦਾ ਬਰਦਾਸ਼ਤ ਕਰ ਸਕਣੇ ਜ਼ਿਆਦਾ ਟੈਂਪਰੇਚਰ ਉਸੀ ਤਾਂ ਨਹੀਂ ਉੱਡਣਗੇ ਬਾਰਿਸ਼ ਹਵਾ 'ਚ ਹਵਾ 'ਚ ਇੰਨਾ ਕੁ ਜ਼ਿਆਦਾ ਕੱਟਣੇ ਨੇ ਬਾਰਿਸ਼ ਨੋ ਹਵਾ
ਇਹਦਾ ਬਾਦਸ਼ਾਹ ਨੇ ਚੜ ਇਹਨਾਂ ਕੀ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਔਰ ਬੜਾ ਜਿਹੜੇ ਬੰਦੇ ਆਉਂਦੇ ਨੇ ਗਰਮੀ ਨਹੀਂ ਉੱਡਦੇ ਮੈਂ ਨਾ ਗਰਮੀ 'ਚ ਉੱਡਦੇ ਨੇ ਗਰਮੀ 'ਚ ਅੱਛਾ ਇੱਥੇ ਸਭ ਤੋਂ ਜ਼ਿਆਦਾ ਜ਼ਿਆਦਾ ਕਿੰਨੇ ਟੈਂਪਰੇਚਰ ਤੱਕ ਡਰ ਰਹੇ ਨੇ ਕਿਤਨਾ ਸੀ ਪਿਛਲੇ ਸਾਲ 2021 'ਚ ਗਰਮੀ ਸੀ ਗਰਮੀ ਸੀ ਔਰ ਮੇਰੇ ਖਿਆਲ 30 ਨਵੇਂ ਸਿਰੇ ਤੋਂ ਸ਼ੁਰੂ ਕਰ ਲੈਣੇ ਜੀ ਅੱਛਾ ਗੱਲ ਹੋ ਰਹੀ ਸੀ ਮੇਰੇ ਖਿਆਲ ਚ ਵੀ ਉੱਚੇ ਨੂੰ ਕਿਤਨੇ ਜਾਣਨਗੇ ਰੰਗ ਸ਼ੰਗ ਨੇ ਬਾਰੇ ਠੀਕ ਹੈ ਤੁਸੀਂ ਕਹਿਣਾ ਵੀ ਕੁਝ ਬ੍ਰਿੰਡਾਂ ਜਿਹੜੀਆਂ ਨੇ ਉੱਚੀਆਂ ਵੀ ਜਾਣੀਆਂ ਔਰ ਪਾਕਿਸਤਾਨੀ ਪੂਰੇ ਹਾਈ ਫਲਾਈ ਕਲਰ ਵਿੱਚ ਵੀ ਆਏ ਠੀਕ ਹੈ ਇੱਕ ਕਬੂਤਰ ਜਿਹੜੇ ਪੱਟੀ ਵਾਲੇ ਜ਼ੁਮਰੇ 'ਚ ਵੀ ਆਪਣੇ ਆਖ ਸਕਣੇ ਵੀ ਲੋ ਫਰਾਈ ਲੈਣ ਪੱਟੀ ਵਾਲੇ ਤੁਹਾਰੇ ਲੰਬੇ ਉੱਡਣੇ ਇਹ ਗੋਲ ਉੱਡਣੇ ਕਬੂਤਰ ਸਾਰੇ ਇਹਨਾਂ 'ਚ ਲੰਬੇ ਉੱਡਣੇ ਆਏ ਇਹਨਾਂ 'ਚ ਵੀ ਲੰਬੇ ਉੱਡਣੇ ਵਾਲੇ ਆਏ ਟਿਪਲਰ ਵੀ ਲਿਆਉਂਦੇ ਪੱਟੀ 'ਤੇ ਜਾਂਦੇ ਅੱਛਾ ਉਹ ਟਿਪਲੇ ਇਸਤੇਮਾਲ ਹੁੰਦੇ ਦੇਖੋ ਟਿਪਲਰ ਦਾ ਸਿਰਫ ਔਰ ਸਿਰਫ ਜਿੱਥੇ ਤੱਕ ਮੇਰਾ ਮੈਂ ਕਹਿ ਰਿਹਾ ਨਾ ਕਿ ਟਿਪਲਰ ਤੁਹਾਡਾ ਕਬੂਤਰ ਇਕੱਠਾ ਉੱਡਣਾ ਚਾਹੀਦਾ ਅੱਛਾ ਕਿੱਟ ਦੇ ਵਿੱਚ ਤਿੰਨ ਦਾਰੇ ਹੋ ਤਾਂ ਤਿੰਨੇ ਇਕੱਠੇ ਰਹਿਣ ਅਲੱਗਾ ਨਾ ਹੋਣ ਠੀਕ ਹੈ ਪੱਟੀ 'ਤੇ ਜਾਂਦੇ ਕੋਈ ਟੈਨਸ਼ਨ ਨਹੀਂ ਹੈ ਉਹ ਸਾਡਾ ਟਾਈਮ ਹੁੰਦਾ ਘੰਟੇ ਦੇ ਅੰਦਰ ਤੁਹਾਨੂੰ ਕਬੂਤਰ ਸ਼ੋਅ ਕਰਾਉਣਾ ਪੈਂਦਾ ਠੀਕ ਹੈ ਸੁਬਹਾ ਅਸੀਂ ਕਬੂਤਰ ਉਡਾਉਂਦੇ ਹਾਂ ਸਾਡੇ ਕੋਲ 2 ਘੰਟੇ ਟਾਈਮ ਹੈ ਠੀਕ ਹੈ 2 ਘੰਟੇ ਕਬੂਤਰ ਸ਼ੋਅ ਨਹੀਂ ਸਕਦਾ ਕੋਈ ਟੈਨਸ਼ਨ ਨਹੀਂ ਆਫਟਰ 2 ਆਵਰਸ ਯੂ ਹੈਵ ਟੂ ਸ਼ੋਅ ਯੂਰ ਪਿਜਨਸ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਹਰ ਘੰਟੇ ਬਾਅਦ ਤੁਹਾਨੂੰ ਕਬੂਤਰ ਸ਼ੋਅ ਕਰਨਾ ਪੈਣਾ ਸ਼ੋਅ ਕਰਨਾ ਪੈਂਦਾ ਅਗਰ ਤੁਸੀਂ ਘੰਟੇ ਸ਼ੋਅ ਨਾ ਕਰ ਸਕੋ ਤੁਹਾਡੀ ਛੱਤ ਡਿਸਕੁਆਲੀਫਾਈਡ ਹੋ ਜਾਂਦੀ ਹੈ ਠੀਕ ਹੈ ਇਹਨਾਂ ਕਬੂਤਰਾਂ ਨਾਲ ਇਕੱਠਾ ਉੱਡਣਾ ਜ਼ਰੂਰੀ ਹੈ ਜਾਂ ਜਿਹੜਾ ਕਿੱਟ ਵਿੱਚੋਂ ਬਾਹਰ ਨਿਕਲ ਗਿਆ ਉਹ ਖਤਮ ਹੈ ਕਬੂਤਰ ਕੱਟਣ ਜਾਣਾ ਕਿਆ ਮਾਮਲਾ ਹੋਣਾ ਹਰ ਵਕਤ ਇਕੱਠੇ ਰਹਿਣਾ ਜ਼ਰੂਰੀ ਹੈ ਅਗਰ ਨਾ ਇਕੱਠੇ ਉੱਡਣ ਸਮਝੋ ਇੱਕ ਇੱਧਰ ਜਾ ਰਹੇ ਕੁੱਧਰ ਜਾ ਰਹੇ ਫਿਰ ਕਿਆ ਵਾ ਫਿਰ ਕਿੱਟ ਖਰਾਬ ਹੋ ਗਿਆ ਸੀ ਤੁਹਾਡੀ ਜਿਹੜਾ ਲੈ ਗਿਆ ਵਿੱਚੋਂ ਇੱਕ ਉਸ ਨਾਲ ਬਹਿ ਗਿਆ ਚਲੋ ਇਹ ਤਾਂ ਇੱਕ ਲਾਦਾ ਹੋ ਗਿਆ ਅਗਰ ਲਾਦਾ ਬੇਸ਼ੱਕ ਹੋ ਜਾਏ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੁਹਾਡੇ ਅਸੂਲ ਦੇ ਮੁਤਾਬਕ ਉਹ ਕਬੂਤਰ ਹੈ ਠੀਕ ਅਗਰ ਡਰਾਪ ਟਾਈਮ ਸ਼ੁਰੂ ਹੋ ਗਿਆ ਡਰਾਪ ਟਾਈਮ ਤੁਹਾਨੂੰ 3 ਕਬੂਤਰ ਉਡਾਏ ਨੇ 3 ਇੱਕੋ ਨਜ਼ਰ ਰਹਿਣੇ ਚਾਹੀਦੇ ਅੱਛਾ ਇੱਕੋ ਨਜ਼ਰ ਦੇ ਵੀ ਤੁਹਾਨੂੰ 3 ਨਜ਼ਰ ਵੱਖ ਵੱਖ ਉੱਡਦੇ ਤਾਂ ਵੀ ਖੈਰ ਹੈ ਐਕਸੈਪਟੇਬਲ ਨੇ ਲੇਕਿਨ 1 ਨਜ਼ਰ ਦੇਖਣੇ ਚਾਹੀਦੇ ਨੇ ਠੀਕ ਹੈ ਕਿ ਤੁਸੀਂ ਮੂੰਹ ਫੇਰ ਕੇ ਦੇਖੋ ਹਾਂਜੀ 2 ਆ ਰਹੇ ਤੇ 1 ਨਹੀਂ ਆ ਰਹੇ ਨਜ਼ਰ ਫਿਰ ਤੁਹਾਡੀ ਛੱਤ ਡਿਸਕੁਆਲੀਫਾਈਡ ਹੋ ਜਾਂਦੀ ਟਾਈਮ ਆਊਟ ਹੋ ਜਾਂਦਾ ਠੀਕ ਹੈ ਡੇਟ ਐਂਡ ਰਹਿਣਾ ਬੜਾ ਜ਼ਰੂਰੀ ਹੈ ਠੀਕ ਹੈ ਤਾਂ ਜਿਸ ਤਰ੍ਹਾਂ ਤੁਸੀਂ ਆਲਰੇਡੀ ਦੱਸ ਰਹੇ ਹੋ ਵੀ ਇੱਕ ਕਬੂਤਰ ਡਾਣੇ ਨਾਲ ਇਹਨਾਂ ਨੇ ਜੀਨਸ ਵਿੱਚ ਐਸਾ ਚੀਜ਼ਾਂ ਸ਼ਾਮਲ ਕੀ ਆਟੋਮੈਟਿਕਲੀ ਇਕੱਠੇ ਹੋ ਜਾਣੇ ਜਿਤਨਾ ਤੁਸੀਂ ਦੱਸੋ ਉਤਨੇ ਇੱਕ ਦੂਜੇ ਨਾਲ ਕਰੀਬ ਹੋ ਜਾ ਸਕਦੇ ਇਤਨੇ ਲੋ ਹੋਣਗੇ ਬਿਲਕੁਲ ਉਤਨੇ ਵੀ ਲੋ ਹੋਣਗੇ ਇਹ ਕਬੂਤਰ ਮੈਂ ਹਾਈ ਫਲਾਈ ਕਰ ਸਕਦਾ ਉਹਨਾਂ ਨੂੰ ਅੱਛਾ ਥੋੜੀਆਂ ਫੜਕਾ ਦੇਵਾਂ ਇਹਨਾਂ ਨੂੰ ਠੀਕ ਹੈ ਬਾਕੀ ਜਿਹੜਾ ਪਾਕਿਸਤਾਨੀ ਸਰਕਾਰ ਦਾਣਾ ਪਾਣੀ ਚੇਂਜ ਕਰਕੇ ਵੀ ਹਾਈ ਹੋ ਜਾਣੇ ਨੇ ਫਰਕ ਪੈਂਦਾ ਠੀਕ ਹੈ ਦਾਣੇ ਪਾਣੀ ਨਾਲ ਫਰਕ ਹੈ ਦਾਣੇ ਪਾਣੀ ਨਾਲ ਫਰਕ ਹੈ ਕਿਆ ਸੋਚਣੇ ਹੋ ਕਬੂਤਰ ਦੁਨੀਆਂ ਨੇ ਹੋਰ ਕੋਨਿਆਂ 'ਚ ਵੀ ਗਏ ਨੇ ਕਬੂਤਰ ਹਾਈ ਫਲਾਇਰ ਜਿੱਥੇ ਸ਼ੋਕ ਹੋ ਰਿਹਾ ਉੱਥੇ ਉੱਡ ਰਹੇ ਮਸਲ ਪਾਕਿਸਤਾਨ ਹੋ ਗਿਆ ਪਾਕਿਸਤਾਨ ਜਿਹੜਾ ਮੈਂ ਤਾਂ ਕਿੰਨੀ ਦਫ਼ਾ ਫਿਲਮਾਂ 'ਚ ਦੇਖੇ ਨੇ ਜਾਣੀ ਕਿ ਗਰੁੱਪਾਂ ਨੇ ਵੀ ਦੇਖੇ ਨੇ ਬਿਲਕੁਲ ਉਸ ਟਾਈਮ ਕਬੂਤਰ ਨੇ ਇਹ ਕਬੂਤਰ ਠੀਕ ਹੈ ਪਿਓਰ ਟਿਪਲਰ ਮੈਂ ਦੇਖੇ ਨੇ ਅੱਛਾ ਪਾਕਿਸਤਾਨ ਉੱਡਦੇ ਜਿਹੜੇ ਪਏ ਉਹਨਾਂ 'ਚ ਟਿਪਲਰ ਆਏ ਨੇ ਠੀਕ ਹੈ ਇੱਕ ਸੱਤ ਅਸੀਂ ਦੇਖੀਏ ਟਿਪਲਰ ਉੱਡਣ ਲੱਗੇ ਨੇ ਬਿਲਕੁਲ ਸਹਿਮ ਤਰੀਕਾਕਾਰ ਟਿਪਲਰਾਂ ਦਾ ਉੱਡਣ ਲੱਗੇ ਆ ਅੱਛਾ ਇਹ ਕੋਈ ਮਾੜੇ ਮਿੰਟ 2 ਮਿੰਟ ਦੀ ਫਿਲਮ ਸੀ ਉਹ ਟਿਪਲਰ ਉੱਡਣ ਲੱਗੇ ਉਹ ਚਲੋ ਮੈਂ ਅਗਰ ਨਾ ਲੈ ਲਵਾਂ ਕਿਉਂਕਿ ਹੁਣ ਤਾਂ ਹਰ ਬੰਦੇ ਨੇ ਦੁਨੀਆਂ ਨੇ ਸਾਰੀ ਨਜ਼ਰਾਂ 'ਚੋਂ ਆ ਗਿਆ ਪਿੱਛੇ ਗੁਲਾਮ ਹੁਸੈਨ ਕਾਠੀਆ ਸਾਹਿਬ ਨੇ ਵੀ ਰੌਲਾ ਪੈ ਗਿਆ ਸੀ ਪਾਕਿਸਤਾਨ ਉਹ ਕਬੂਤਰ ਆਇਆ ਬਾਕੀ ਟਿਪਲਰ ਸਨ ਜਾਂ ਬਸ ਕੋਈ ਵੈਸੇ ਆ ਵਹੀਂ ਸੀ ਇਸ਼ੂ ਕੋਈ ਸ਼ਕਲੂ ਲੱਗਣੇ ਸਨ ਉਹ ਟਿਪਲਰ ਸ਼ਕਲੂ ਨਹੀਂ ਸਨ ਲੱਗਦੇ ਜਿਹੜਾ ਉੱਡ ਪਾਟਰ ਉਹਨਾਂ ਨਾਲ ਟਿਪਲਰ ਜਿਹੜਾ ਪਾਟਰ ਉੱਡਦੇ ਜਿਸ ਤਰੀਕੇ ਨਾਲ ਇਹ ਦੇਖੋ ਤੁਸੀਂ ਬਲੱਡ ਲਾਈਨ ਤੁਹਾਡੇ ਵਿੱਚ
ਆਪਣੇ ਚ ਹੈਗੀ ਕਿ ਤੁਸੀਂ ਕਿਹੜਾ ਮਾਰਗ ਰੱਖਦੇ ਹੋ, ਕਬੂਤਰ ਤੁਸੀਂ ਕਿਹੜਾ ਬਣਾ ਸਕਦੇ ਹੋ। ਠੀਕ ਹੈ, ਮੇਨ ਚੀਜ਼ ਤੁਹਾਡੇ ਤੁਸੀਂ ਅੱਛਾ ਠੀਕ ਹੈ, ਰੰਗ ਤੁਸੀਂ ਚੇਂਜ ਕਰ ਲਓ ਕਬੂਤਰ ਦਾ। ਅੱਛਾ, ਜ਼ਾਹਿਰ ਰੰਗ ਚੇਂਜ ਕਰੋਗੇ ਦੂਸਰੀ ਬਲੱਡ ਜਾਏਗਾ, ਫਰਕ ਪਊ ਗਿਆ, ਲੈ ਕੇ ਉਸਦੀ ਬਲੱਡ ਲਾਈਨ ਤੁਹਾਡੇ ਟਿਪਰ ਦੀ ਹੈ, ਆਪਣਾ ਕੰਮ ਦਿਖਾਏਗਾ, ਟਿਪਰ ਦਿਖਾਏਗਾ ਦਿਖਾਏਗਾ। ਸ਼ਕਲ ਇਸ ਲਈ ਤੁਸੀਂ ਚੇਂਜ ਕਰ ਸਕਦੇ ਹੋ ਜਾਂ ਇਸ ਲਈ ਕੋਈ ਨਾ ਕੋਈ ਨਿਸ਼ਾਨੀ ਰਹਿ ਜਿਹੜੀਆਂ ਟਿਪਰ ਲਾ ਰਹੀ? ਤੁਸੀਂ ਆਉਣੇ ਮੈਂ ਦੇਖੇ ਗਏ ਛੱਤਾਂ ਪਰ, ਉਹ ਤੁਸੀਂ ਕਿਸ ਤਰ੍ਹਾਂ ਜੱਜ ਕੀਤੇ ਨੇ? ਦੇਖੋ ਇਹਨਾਂ ਦੇ ਨੈ ਨਕਸ਼ ਦੱਸਦੇ ਪਏ, ਅਸਲ ਨੋਕ ਦੱਸ ਰਹੀ ਹੈ, ਪੰਜੇ ਦੱਸ ਰਹੇ ਨੇ, ਪਰ ਕਬੂਤਰਾਂ ਦੱਸ ਰਹੇ ਨੇ, ਸਮਝ ਆਏਗੀ ਨਹੀਂ? ਫਿਰ ਕੋਈ ਨਾ ਕੋਈ ਨਿਸ਼ਾਨੀ ਛੋੜਨੇ ਕਬੂਤਰ। ਠੀਕ ਹੈ, ਇਹ ਆਪਣੀ ਦੂਸਰੀ ਤੀਸਰੀ ਚੌਥੀ ਨਸਲ ਜਾ ਕੇ ਨਿਸ਼ਾਨੀ ਛੋੜਦੇ ਨੇ ਆਪਣੀ, ਰੰਗ ਵੀ ਚੇਂਜ ਕਰਦੇ ਨੇ, ਇੰਨਾ ਰੰਗ ਕਿੰਨੇ ਇਹ ਜੋੜਾ ਮੇਰਾ ਘਰ ਡਿਫਰੈਂਟ ਰੰਗ ਕਬੂਤਰ ਆ ਜਾਂਦੇ ਨੇ। ਉਹ ਤਾਂ ਮੈਂ ਕਬੂਤਰ ਚੈੱਕ ਕਰਵਾ ਸਾਂ ਨਾ, ਕਬੂਤਰ ਚੈੱਕ ਕਰਵਾ ਸਾਂ ਜਿਹੜੇ ਮੋਸਟਲੀ ਜਿਹੜੇ ਪਾਕਿਸਤਾਨ ਅੱਜ ਕੱਲ੍ਹ ਚੱਲ ਰਹੇ ਨੇ। ਜੀ ਜੀ, ਇਹ ਜਿਹੜੇ ਇਹਨਾਂ ਦੇ ਰੈੱਡ ਬ੍ਰਿਕੇਸ਼ ਨੇ ਬਿਲਕੁਲ ਪਿਓਰ ਰੈੱਡ ਦੇਣ ਲੱਗੇ, ਆਪਣੇ ਤਾਂ ਬਹੁਤ ਘੱਟ ਕਰਦੇ ਨੇ। ਠੀਕ ਹੈ, ਇਸ ਤਰ੍ਹਾਂ ਜੇ ਮੈਂ ਦੇਖੇ ਨੇ ਕਬੂਤਰ ਵੀ ਜਿਹੜੇ ਪੂਰੇ ਜਿਸ ਤਰ੍ਹਾਂ ਸਾਨੂੰ ਪਾਕਿਸਤਾਨ ਛੱਤ ਵਾਲੇ ਕਬੂਤਰ ਹਨ, ਬਟੇਰੇ ਕਬੂਤਰ ਹਨ, ਚੱਪੜੇ ਕਬੂਤਰ ਹਨ, ਇਹ ਮੇਰੀਆਂ ਜਿਹੜੀ ਨਜ਼ਰਾਂ ਗੁਜ਼ਰੇ ਨਾ, ਮੈਂ ਉੱਥੇ ਹੀ ਉਹ ਦੱਸਣਾ ਪਿਆ, ਪ੍ਰੋਪਰ ਜੋਨ ਸੀਰੇ, ਕੱਲ ਪਰੇ, ਕੱਲ ਲੂੰਬੇ ਕਬੂਤਰ ਹਨ, ਹਰ ਚੀਜ਼ ਇੱਥੇ ਹੈ। ਇਹ ਉਹਨਾਂ ਨੇ ਇਹ ਓਰੀਜਨਲ ਫਾਰਮ ਵਿੱਚੋਂ ਕਬੂਤਰ ਹੋਣੇ ਨੇ ਜਾਂ ਉਹ ਕ੍ਰਾਸ ਕਰਕੇ ਬਣਾਏ ਹੋਣੇ? ਓਰੀਜਨਲ ਹੋਣੇ। ਠੀਕ ਹੈ, ਅੱਗੇ ਸੋਰੀ ਮੈਂ ਗੱਲ ਕਰ ਰਿਹਾ ਸਾਂ ਜੀ, ਸਾਨੂੰ ਐਪੀਸੋਡ ਵਿੱਚ ਉਹ ਵੀ ਦੱਸ ਹੋ ਸਾਂ। ਠੀਕ ਹੈ, ਚੱਪੜੇ ਤੇ ਗ੍ਰਿਜ਼ਲ ਤੇ ਜਿਹੜੇ ਜਲਦਾਰ। ਠੀਕ ਹੈ, ਉਹ ਵੀ ਦੱਸ। ਕੋਸ਼ਿਸ਼ ਕਰ ਸਾਂ ਦੋਸਤੋ ਸਿਰਫ ਟਿਪਲਰਸ ਉੱਪਰ ਕੋਈ 2-4-5 ਪ੍ਰੋਗਰਾਮ ਕੀਤੇ ਜਾਣ, ਤਾਂ ਕਿ ਭਰਪੂਰ ਲੋਕਾਂ ਕੀ ਜਿੱਥੇ ਤੱਕ ਆਪੂ ਨਾਲੇਜ ਹੋ ਸੀ ਨਾ, ਉਤਨੇ ਸਵਾਲ ਬੰਦਾ ਕਰ ਸਕਣਾ, ਉਤਨੀ ਬੰਦਾ ਗੱਲ ਕਰ ਸਕਣਾ। ਮੈਂ ਆਪਣੀ ਅਕਲ ਦੇ ਮੁਤਾਬਕ, ਸਮਝ ਦੇ ਮੁਤਾਬਕ ਟਿਪਲਰ ਕਬੂਤਰਾਂ ਨੇ ਜਿਹੜੇ ਸ਼ੌਕੀਨ ਹਨ ਆਲ ਓਵਰ ਦਾ UK, ਉਹਨਾਂ ਕੀ ਮਿਲ ਸਾਂ, ਇਨਸ਼ਾਅੱਲਾ ਤਾਲਾ ਉਹਨਾਂ ਪਰ ਵੀਡੀਓ ਬਣਾ ਸਾਂ, ਔਰ ਜਿਤਨੀ ਅਗਾਹੀ ਹੋ ਸਕੇ ਦੋਸਤਾਂ ਕੀ ਦੇ ਸਾਂ, ਜ਼ਰੂਰ ਦੇ ਸਾਂ। ਹਰ ਬੰਦਾ ਜ਼ਹਿਰ ਆਪਣੇ ਹਿਸਾਬ ਨਾਲ ਗੱਲ ਕਰਸੀ, ਕਿਆ ਹਾਲ ਹੈ, ਹਰ ਬੰਦਾ ਆਪਣੇ ਹਿਸਾਬ ਨਾਲ ਗੱਲ ਕਰਸੀ, ਔਰ ਜਿਹੜੇ ਔਰ ਇਹ ਬੰਦੇ ਇੱਕ ਟਾਈਮ ਤੋਂ ਕਬੂਤਰ ਨੂੰ ਸ਼ੋਅ ਕਰ ਰਹੇ ਨੇ, ਇਹਨਾਂ ਨੇ ਕਿਆ ਨੇ, ਅਗਰ ਆਪਣੀ ਜ਼ਬਾਨਾਂ 'ਚ ਆਖਾਂ ਨਾ ਕਿ ਇੱਚੀ ਵਿੱਚੀ ਵੀ ਜਾਣੇ ਨੇ, ਉਹ ਜਾਣੇ ਹੋਣੇ ਨੇ ਕਬੂਤਰਾਂ ਬਾਰੇ 'ਚ, ਤਾਂ ਇਨਸ਼ਾਅੱਲਾ ਤਾਲਾ ਸ਼ੋਅ ਵੀ ਕਰਾ ਸਾਂ, ਮੁਖਤਲਿਫ ਬਰੀਡਾਂ ਨਾਲ ਵੀ ਸ਼ੋਅ ਕਰਾ ਸਾਂ, ਔਰ ਇਹਨਾਂ ਨੇ ਉੱਡਲੇ ਨੇ ਹਰ ਲਿਹਾਜ਼ ਦੇ ਨਾਲ, ਇਹਨਾਂ ਨੇ ਟ੍ਰੇਨਿੰਗ ਨੇ ਵਾਲੇ ਨਾਲ, ਇਨਸ਼ਾਅੱਲਾ ਤਾਲਾ ਜ਼ਰੂਰ ਸ਼ੋਅ ਕਰਵਾਇਆ ਜਾਸੀ। ਅਗਰ ਤੁਸੀਂ ਸਿੰਗਲ ਉਡਾਉਂਦੇ ਹੋ, ਸਿੰਗਲ ਉਡਾ ਸਕਦੇ ਹੋ। ਅੱਛਾ, ਉਹ ਇਹ ਹੁੰਦਾ ਕਿ ਤੁਹਾਨੂੰ ਜ਼ਰਾ ਕਬੂਤਰ ਘੱਟ ਬਾਹਰ ਕੱਢਣਾ ਪੈਣਾ, ਪੜਕਾਂ ਥੋੜ੍ਹੀ ਘੱਟ ਰੱਖਣੀ ਪੈਣੀ, ਜਿਤਨੇ ਪੜਕਾਂ ਤੁਸੀਂ ਦਿਓਗੇ ਜਿਤਨਾ ਉਡਾਓਗੇ ਇਹਨਾਂ ਨੂੰ, ਇਤਨਾ ਲੋ ਆਉਂਦੇ ਸ਼ੁਰੂ ਹੋ ਜਾਣਗੇ, ਲੋਟਦੇ ਸ਼ੁਰੂ ਹੋ ਜਾਣੇ। ਇਸ ਬਲੱਡ ਦੇ ਚੀਜ਼ ਹੈ, ਪਹਿਲੇ ਪਹਿਲੇ ਅਸੀਂ ਕੱਢਦੇ ਹਾਂ, ਜਾਂਦੇ ਨੂੰ ਪਰ ਸਮਾਨ ਜਾਂਦੇ ਨੇ, ਡੁੱਬਦੇ ਵੀ ਹਨ ਕਬੂਤਰ। ਅੱਛਾ, ਲੇਕਿਨ ਜਿਤਨੀ ਅਸੀਂ ਫੜਕਾਂ ਦਿਆਂਗੇ ਇਹਨਾਂ ਨੂੰ, ਜਿਤਨੀ ਟ੍ਰੇਨਿੰਗ ਦਿਆਂਗੇ, ਉਸ ਆਪਣੇ ਲੈਵਲ 'ਚ ਆਪਣੇ ਲੈਵਲ 'ਚ ਆ ਜਾਣੇ ਜੀ। ਠੀਕ ਹੋ ਗਿਆ, ਇਹਨਾਂ ਕਬੂਤਰ ਘੱਟ ਫੜਕਾਂ ਦਿਆਂ ਇਹਨੂੰ ਉੱਪਰ ਜਾਣਾ, ਡੁੱਬੀ ਜਾਂਦੇ। ਠੀਕ ਹੈ ਜੀ ਜੀ। ਅੱਛਾ, ਮੈਂ ਅੱਗੇ ਗੱਲ ਕਰ ਰਿਹਾ ਸਰ ਟੈਂਪਰੇਚਰ ਦੀ, ਮੈਂ ਹੈ ਜਾਂ ਆਖਰੀ ਸਵਾਲ ਤੁਹਾਨੂੰ ਨਾਲ ਕਰੀਏ, ਅਤੇ ਅਸਾਂ ਪ੍ਰੋਗਰਾਮ ਮੇਰਾ ਜੀ ਉੱਥੇ ਖਤਮ ਕੀਤਾ ਸੀ, ਅਤੇ ਉਸ ਤੋਂ ਬਾਅਦ ਫਿਰ ਸ਼ੌਕ ਵਾਲੇ ਪਾਸਾ ਚੱਲ ਸਾਂ, ਅਤੇ ਦੋਸਤਾਂ ਇੱਕ ਪੁੱਤਰਾਂ ਨਾਲ ਸ਼ੌਕ ਵੀ ਕਰਾ ਸਾਂ, ਟੈਂਪਰੇਚਰ ਕਿਤਨਾ ਕੁ ਬਰਦਾਸ਼ਤ ਕਰ ਲੈਣ? ਦੇਖੋ ਇੱਥੇ ਟੈਂਪਰੇਚਰ ਜਿੱਥੇ ਤੱਕ ਮੈਂ ਆਹ ਪੜਾਏ ਨੇ ਨਾ, 28-30 ਤੱਕ ਟੈਂਪਰੇਚਰ ਰਿਹਾ, ਆਕਸੀਜਨ ਲੈਵਲ ਇੱਥੇ ਕੀ ਹੋਣਾ, ਕਿਤਨਾ ਚਾਹੀਦਾ ਹੋਣਾ ਵਾ ਇੱਕ ਕਬੂਤਰ ਕੀ ਹੋਣਾ, ਕਿਤਨਾ ਇੱਥੇ ਕਬੂਤਰ ਬੰਦੇ ਆਉਣੇ ਨਾ, ਇੱਥੇ ਠੰਡੇ ਮੁਲਕ ਵਿੱਚ ਕਬੂਤਰ ਨਹੀਂ ਉੱਡਣੇ ਪਏ ਜਾਂ ਘੱਟ ਉੱਡਣੇ, ਜਿਹੜੇ ਉੱਪਰ ਜਾਣੇ ਹਾਈ ਫਲਾਈ ਸਪੈਸ਼ਲੀ ਉਹ ਘੱਟ ਉੱਡਣੇ, ਉਸਦੀ ਵਜ੍ਹਾ ਕੀ ਬਣਨੀ ਹੈ? ਦੇਖੋ ਉਸਦੀ ਵਜ੍ਹਾ ਇਹ ਕਿ ਜਿਹੜਾ ਕਬੂਤਰ ਪਾਕਿਸਤਾਨੀ ਕਬੂਤਰ ਡੁੱਬ ਕੇ ਉੱਡਦਾ ਹੈ, ਜੀ ਜੀ, ਉੱਪਰ ਜਿਹੜਾ ਡਿਫਰੈਂਸ ਥੋੜ੍ਹਾ ਜਿਹਾ ਆਉਣਾ, ਆਕਸੀਜਨ ਦੀ ਕਮੀ ਹੈ, ਆਕਸੀਜਨ ਦੀ ਕਮੀ ਆਉਂਦੀ ਹੈ। ਠੀਕ ਹੈ, ਇੱਥੇ ਜਿਹੜਾ ਧੁੱਪ ਜਿਹੜੀ ਬਰਦਾਸ਼ਤ ਹੁੰਦੀ ਨਹੀਂ ਹੈ ਬੇਸਿਕਲੀ, ਇਹ ਤਾਂ ਇਨਸਾਨ ਵੀ ਮਹਿਸੂਸ ਕਰਦਾ ਹੈ
ਲੇਕਿਨ ਜਿਹੜਾ ਇੱਥੇ 30 ਪੈਣੀ ਹੈ ਨਾ ਤੇ ਬੰਦੇ ਕਹਿ ਇਨਸਾਨ ਕਹਿ ਜਾਨਵਰ ਕਹਿ ਸਾਰੇ ਜ਼ਬਾਨਾਂ ਬਾਹਰ ਕੱਢੀਆਂ, ਸ਼ਾਇਦ ਸੂਰਜ ਨੀ ਕੋਈ ਐਂਗਲ ਇਸ ਤਰ੍ਹਾਂ ਨਵੇਂ ਜਾਂ ਕੀ ਮਸਲਾ ਵੈ ਬੜੀ ਅਗਰ ਤੂੰ ਪੈਬੋ ਤਾਂ ਆਪਣੀ ਸਕਿਨ ਲੈਣੀ ਸ਼ੁਰੂ ਹੋ ਜਾਣੀ ਹੈ, ਮਤਲਬ ਸੜ ਜਾਂਦਾ। ਠੀਕ ਹੈ, 2021 ਮੇਰੀ ਸਕਿਨ ਸੜ ਗਈ ਸੀ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਵਾਂ ਕਿ ਹਾਲੀ ਇਤਨੀ ਗਰਮੀ ਹੁੰਦੀ ਸੀ, ਇਤਨੀ ਗਰਮੀ ਨਹੀਂ ਸੀ ਹੈਗੀ, ਕਬੂਤਰਾਂ ਟਾਈਮ ਦੇਣਾ, ਜਿਹੜੀ ਗਰਮੀ ਧੁੱਪ ਪੈਂਦੀ ਸੀ ਮੂੰਹ 'ਤੇ। ਠੀਕ ਹੈ, ਸਕਿਨ ਪਟਣ ਦੀ ਉਸ ਟੈਂਪਰੇਚਰ ਕਿਤਨੇ ਉੱਡੇ ਨੇ, ਯਾਨੀ ਕਿ 18 ਘੰਟੇ ਪਲੱਸ ਦੱਸਣੇ ਰੁਪਏ ਫੀ ਕਬੂਤਰ 'ਚ, 5 ਕਬੂਤਰ 88 ਫਿਰ ਤੁਸੀਂ ਚਲੋ ਦੱਸਣਾ ਵੀ ਕਬੂਤਰ ਮੈਂ ਉੱਡਣੇ ਤੱਕ ਕਬੂਤਰ ਲੋਕਾਂ ਕੋਲ ਤੱਕ ਉਹ ਕਬੂਤਰ ਤਾਂ ਉੱਡਣੇ ਵੀ ਤੱਕ ਵੀਡੀਓ ਸ਼ੂਟਿੰਗ ਵਿੱਚ ਸੁਣਿਆ ਹੋਇਆ ਇਸ ਬੰਦੇ ਕਬੂਤਰ ਡਾਏ ਨੇ। ਮੈਂ ਜਨਾਬ 1-2 ਵੀਡੀਓ ਤੱਕੀਆਂ ਨੇ ਜਿਹੜੇ ਬਿਲਕੁਲ ਸੇਮ ਟਿਪਲੋਨੇ। ਠੀਕ ਹੈ, ਉਹ ਕਿਤਨੇ ਟੈਂਪਰੇਚਰਾਂ 'ਚ ਉੱਡੇ ਨੇ ਕਬੂਤਰ, ਤੁਸੀਂ ਕੋਈ ਅੰਦਾਜ਼ਾ ਸੀ ਉਹਨਾਂ ਨਾਲ ਵੀ ਜਿਹੜਾ ਤੁਸੀਂ ਉਹਨਾਂ ਡਾਏ ਨੂੰ ਉਹ ਕਿਤਨੇ ਟੈਂਪਰੇਚਰ ਉੱਡੇ ਨੇ, ਕਿਤਨੀ ਪਰਵਾਜ਼ਾਂ ਸਾਨੂੰ ਉਡਾਣੀਆਂ? ਟੈਂਪਰੇਚਰ ਇਤਨਾ ਜ਼ਿਆਦਾ ਟੈਂਸ਼ਨ ਸੀ ਲੇਗਾ, 30+ ਸੀ, 30+ ਹੋ ਜਾਊ ਸੀ ਟੈਂਪਰੇਚਰ। ਠੀਕ ਹੈ, ਮਤਲਬ ਚੇਤਰ ਵਗੈਰਾ 'ਚ ਉਹਨਾਂ ਡਾਈ ਹੋ ਸਕਦੇ ਨਾ, ਚੇਤਰ ਵਿਸਾਖ ਵਿੱਚ ਜੀ ਇੱਥੇ ਤੱਕ ਜਾਣਾ ਹੈ, ਯਾਸੋ ਜੀ 'ਚ ਵੀ ਟੈਂਪਰੇਚਰ ਤਕਰੀਬਨ ਜਾਂ ਕੁਝ ਜਾਣਾ 35-36 ਹੈ ਜੀ, ਇਤਨਾ ਬਰਦਾਸ਼ਤ ਕਰਦੇ ਆਰਾਮ ਨਾਲ, ਇਤਨਾ ਬਰਦਾਸ਼ਤ ਕਰ ਜਾਣੇ ਆਰਾਮ ਨਾਲ, ਕੋਈ ਟੈਨਸ਼ਨ ਨਹੀਂ। ਫਿਰ ਜ਼ਾਹਿਰ ਇਹਨੇ ਬਰਦਾਸ਼ਤ ਵਧਣ ਵੀ ਅਸੀਂ ਜੂੰ ਜੂੰ ਪਾਕਿਸਤਾਨੀਆਂ 'ਚ ਕ੍ਰਾਸ ਹੋਣੇ ਉਸ ਹਾਈ ਫਲਾਈਟ 'ਚ ਕ੍ਰਾਸ ਹੋਣੇ, ਚੀਜ਼ ਹੈ ਕਿ ਜਿਸ ਬੰਦਾ ਜਿਸ ਮੁਲਕ 'ਚ ਜਿਸ ਜਗ੍ਹਾ 'ਚ ਤੁਸੀਂ ਹੋ ਉਹਦੇ ਮਤਲਬ ਬੰਦੇ ਦੀ ਬਾਡੀ 'ਚ ਉਸ ਹੋ ਜਾਂਦੀ ਹੈ, ਅਗਰ ਇਨਸਾਨ ਦੀ ਜਨਵਰਜੀ ਹੋ ਜਾਂਦੀ ਹੈ। ਠੀਕ ਹੈ, ਅਗਰ ਗਰਮੀ 'ਚ ਪਲੇ ਨੇ ਬੱਚੇ ਉੱਥੇ ਪਾਲੇ ਗਏ ਨੇ ਉਹ ਸਾਰਿਆਂ ਨੇ ਐਡਜਸਟ ਹੋ ਜਾਣਾ, ਐਡਜਸਟ ਹੋ ਜਾਣਾ ਜੀ, ਠੰਡੀ ਜਗ੍ਹਾ 'ਤੇ ਪਲੇ ਹੋਣ ਤਾਂ ਉਹਨਾਂ ਫਿਰ ਜ਼ਾਹਿਰ ਹੈ ਉਹ ਕੋਈ ਚੀਜ਼ ਬਰਦਾਸ਼ਤ ਦੇਖੀ ਨਹੀਂ, ਉਹਨੂੰ ਬਰਦਾਸ਼ਤ ਕਿੱਦਾਂ ਕਰਨਗੇ, ਤਾਂ ਮੁਸ਼ਕਲ ਹੋਣਾ ਉਹਦੇ 'ਚ ਤੁਹਾਡੇ ਆਪਣੇ ਹੱਥ ਦੇ ਵਿੱਚ ਅਗਰ ਤੁਹਾਡੇ 'ਚ ਕੋਈ ਇਤਨੀ ਮਹਾਰਤ ਆਏ ਠੀਕ ਹੋ ਗਿਆ ਕਰ ਸਕਦੇ ਤੁਸੀਂ।